ਅੱਜ ਵੀ ਜਿਹੜੀ ਅਸੀਂ ਮੀਟਿੰਗ ਕਰ ਰਹੇ ਹਾਂ, ਇਹ ਜਦੋਂ ਅਸੀਂ ਪਹਿਲਾਂ ਪ੍ਰੋਗਰਾਮ ਰੱਖਿਆ 5 ਦਿਨਾਂ ਦਾ ਮੋਰਚਾ ਜ਼ਿਲ੍ਹਾ ਹੈੱਡਕੁਆਰਟਰ ਡੀਸੀ ਦਫ਼ਤਰਾਂ ਦਾ 5 ਦਿਨਾਂ ਦਾ ਮੋਰਚਾ ਰੱਖਿਆ, 27 ਤੋਂ ਲੈ ਕੇ 31 ਤੱਕ। ਸਾਡੇ ਮੋਰਚਾ ਰੱਖਣ ਤੋਂ ਬਾਅਦ, ਪ੍ਰਚਾਰ ਰੱਖਣ ਤੋਂ ਬਾਅਦ ਸਰਕਾਰ ਨੇ ਫੈਸਲਾ 3 ਦਿਨ ਦੇ ਸੈਸ਼ਨ ਬੁਲਾ ਲਿਆ, 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਦਾ। ਫਿਰ ਸਾਡੇ ਚਰਚਾ ਚੱਲ ਪਈ ਵੀ ਉਹ ਆਪਾਂ ਸੈਸ਼ਨ ਪ੍ਰੋਗਰਾਮ, ਮੋਰਚਿਆਂ ਦਾ ਪ੍ਰੋਗਰਾਮ 5 ਦਿਨਾਂ ਦਾ ਆਪਣਾ, ਆਪਾਂ 31 ਨੂੰ ਮੋਰਚੇ ਖਤਮ ਕਰਾਂਗੇ, ਸੈਸ਼ਨ ਚੱਲੂਗਾ 2 ਤੋਂ 4 ਤੱਕ, ਫਿਰ ਉਸ ਦਿਨ ਆਪਾਂ 2 ਤੋਂ 4 ਦੁਬਾਰਾ ਇਸੇ ਫੋਰਸ ਨੂੰ ਉੱਧਰ ਲੈ ਜਾਈਏ ਜਾਂ ਚੀਫ ਹੋਈਏ ਚ ਕੋਈ ਤਬਦੀਲੀ ਕਰੀਏ, ਕੀ ਸੋਚਣ ਵਾਸਤੇ ਮਜਬੂਰ ਹੋ ਗਏ, ਜਿਹਦੇ ਕਰਕੇ ਅਸੀਂ ਐਮਰਜੈਂਸੀ ਮੀਟਿੰਗ ਅੱਜ ਸੱਦੀ। ਸਾਡੀ ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਆਪਣੇ ਵਾਸਤੇ ਵਾਜਬ ਇਹ ਰਹੂਗਾ ਵੀ ਆਪਾਂ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਜਿਹੜੇ 5 ਦਿਨ ਦੇ ਮੋਰਚੇ ਲਾਉਂਦੇ ਸੀ, ਇਹ ਮੋਰਚਿਆਂ ਨੂੰ ਤਬਦੀਲ ਕਰਕੇ ਚੰਡੀਗੜ੍ਹ ਲਿਆ ਜਾਵੇ। ਉਹ ਫੈਸਲਾ ਅੱਜ ਪਾਸ ਹੋ ਗਿਆ, ਜਿਹੜਾ ਅਸੀਂ ਪ੍ਰੈਸ ਦੇ ਵਿੱਚ ਜਾਣਕਾਰੀ ਹੈ ਉਹ 8 ਬੁਨਿਆਦੀ ਮੰਗਾਂ 'ਤੇ, ਜੇ ਖੇਤੀ ਨੀਤੀ ਵਾਲੀ ਜਿਹੜੀ ਮੁੱਖ ਮੰਗ ਨੂੰ ਲੈ ਕੇ ਅਸੀਂ ਅੱਜ ਉਸ ਮੋਰਚੇ ਨੇ ਜਿਹੜੇ ਉਹ ਚੰਡੀਗੜ੍ਹ ਵਾਸਤੇ ਤਬਦੀਲ ਕਰ ਲਏ, 1 ਤਰੀਕ ਤੋਂ ਸ਼ੁਰੂ ਹੋਣਗੇ। ਦੇਖੋ ਤਰੀਕ ਆ ਸੈਸ਼ਨ ਤਲ, ਸੈਸ਼ਨ ਤੱਕ ਤਾਂ ਹਰ ਹਾਲਤ 'ਚ ਰਹੂਗਾ, ਗਾਹਾਂ ਸੈਸ਼ਨ 4 ਤਰੀਕ ਨੂੰ ਖਤਮ ਹੋਣਾ, 4 ਨੂੰ ਅਸੀਂ ਦੁਬਾਰੇ ਮੀਟਿੰਗ ਕਰਕੇ ਗਾਹਾਂ ਇਹਦਾ ਕੀ ਕਰਨਾ, ਕਿੰਨੇ ਦਿਨ ਅੱਗੇ ਵਧਾਉਣਾ, ਵਧਾਉਣਾ ਕਿ ਨਹੀਂ ਵਧਾਉਣਾ, ਕੀ ਕਰਨਾ, ਇਹਦਾ ਐਲਾਨ ਅਸੀਂ 5 ਤਰੀਕ ਨੂੰ। ਦੇਖੋ ਲੱਗਦਾ ਹੁੰਦਾ, ਦੇਖੋ ਸਾਡਾ ਇਹ ਮੋਰਚਾ, ਸਾਨੂੰ ਤਾਂ ਇਹ ਵੀ ਹੋ ਸਕਦਾ ਅਸੀਂ ਇਹ ਗੁੰਜਾਇਸ਼ ਰੱਖਦੇ ਹਾਂ ਵੀ ਸਰਕਾਰ ਦੀ ਜੇ ਨੇ ਚਾਹਾ ਵੀ ਅਸੀਂ ਨਹੀਂ ਹੋਣ ਦੇਣਾ ਪ੍ਰੋਗਰਾਮ, ਤਾਂ ਸਾਨੂੰ ਘਰਾਂ ਦੇ ਵਿੱਚ ਵੀ ਫੜ ਸਕਦੇ ਨੇ, ਗ੍ਰਿਫਤਾਰੀਆਂ ਵੀ ਕਰ ਸਕਦੇ ਨੇ, ਨਾਕੇ ਵੀ ਲਾ ਸਕਦੇ ਨੇ, ਲਾਉਂਦੇ ਹੁੰਦੇ ਨੇ, ਲੱਗਦੇ ਨੇ, ਕਿਹੜਾ ਪਹਿਲੀ ਵਾਰ ਹੈ, ਅਸੀਂ ਕਿਹੜਾ ਅੰਦੋਲਨ ਪਹਿਲੀ ਵਾਰ ਲੜ ਰਹੇ ਹਾਂ। ਸਰਕਾਰ ਨੇ ਆਪਦਾ ਸਾਰਾ ਹੀਲਾ ਵਸੀਲਾ ਕਰਨਾ ਹੁੰਦਾ, ਅਸੀਂ ਇਸ ਤਿਆਰੀ ਨਾਲ ਜਾਵਾਂਗੇ, ਸਰਕਾਰ ਐਂ ਕਰਦੀ ਹੈ ਕੀ ਕਰਨਾ, ਸਰਕਾਰ ਰੋਕਦੀ ਹੈ ਕੀ ਕਰਨਾ, ਸਰਕਾਰ ਸਾਨੂੰ ਉੱਥੇ ਰੋਕੂ। ਦੇਖੋ ਸੜਕਾਂ ਤਾਂ ਚੱਕ ਕੇ ਨਹੀਂ ਲਿਜਾਂਦੀ ਸਰਕਾਰ, ਸੜਕਾਂ ਤਾਂ ਹੈਗੀਆਂ ਚੰਡੀਗੜ੍ਹ ਦੀਆਂ, ਹੁਣ ਤਾਂ ਦਿੱਲੀ ਸਰਕਾਰ ਨੇ ਕਿਹੜਾ ਸਾਨੂੰ ਉੱਥੇ ਵੜਨ ਦਿੱਤਾ ਸੀ ਦਿੱਲੀ, ਅਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਵੱਡੀ ਮੁਸੀਬਤ ਮੁੱਲ ਲੈਣਗੇ, ਇਹ ਜਮਹੂਰੀਅਤ ਨਾਲ ਕਤਲ ਕਰਨਗੇ, ਨਾਲੇ ਇਹਨੇ ਸਿਆਸੀ ਤੌਰ ਤੇ ਬਦਨਾਮ ਹੋਣਗੇ, ਨਾਲੇ ਇਹਨਾਂ ਨੂੰ ਸਾਨੂੰ ਥਾਂ ਦੇਣਾ ਪੈਣਾ, ਨਾਲੇ ਸਾਡੀ ਮੰਗ ਮਿਲਣੀ। ਦੇਖੋ ਸਾਡੀ ਸ਼ਮੂਲੀਅਤ 18 ਜ਼ਿਲ੍ਹਿਆਂ ਦੀ ਹੋਣੀ ਹੈ, ਤਿਆਰੀ ਸਾਡੀ ਬਹੁਤ ਜ਼ੋਰਦਾਰ ਹੈ, 18 ਜ਼ਿਲ੍ਹਿਆਂ ਦੀ ਸਾਡੀ ਸ਼ਮੂਲੀਅਤ ਹੋਣੀ ਹੈ, ਤੇ 8-10 ਜ਼ਿਲ੍ਹੇ ਨੇ ਸਾਡੇ ਤਕੜੇ ਜ਼ਿਲ੍ਹੇ ਆ, ਜਿਹਨਾਂ 'ਚੋਂ ਭਰਮੀ ਸ਼ਮੂਲੀਅਤ ਹੈ। ਤੁਹਾਨੂੰ ਦੱਸੀ ਆ ਜਿਵੇਂ ਅਸੀਂ 2 ਤਰੀਕ ਦਾ ਅਸੀਂ ਔਰਤਾਂ ਦਾ ਪੂਰਾ ਭਰਮਾ ਇਕੱਠ ਕਰਨਾ ਚਾਹੁੰਦੇ ਹਾਂ, ਪੂਰੀਆਂ ਔਰਤਾਂ ਜਿਹੜੀਆਂ ਖੁਦਕੁਸ਼ੀ ਪੀੜਿਤ ਔਰਤਾਂ ਨੇ ਜਾਂ ਜਿਨ੍ਹਾਂ ਦੇ ਧੀ ਪੁੱਤਰ ਨਸ਼ਿਆਂ ਦੇ ਖਾਤਰ ਨਸ਼ੇ ਕਰਦੇ ਨੇ ਜਾਂ ਮਰ ਗਏ ਜਾਂ ਉਹ ਉਹਨਾਂ ਦੀ ਮੌਤ ਹੋ ਗਈ, ਉਹਨਾਂ ਪਰਿਵਾਰਾਂ ਦਾ ਇਕੱਠ ਜਿਨ੍ਹਾਂ ਦੇ ਕਰਜ਼ੇ ਕਰਕੇ, ਆਰਥਿਕ ਤੰਗੀ ਕਰਕੇ, ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਖੁਦਕੁਸ਼ੀ ਕਰ ਗਏ, ਜਿਨ੍ਹਾਂ ਨੂੰ ਕੋਈ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ, ਉਹਨਾਂ ਦਾ ਇਕੱਠ, ਪੀੜਤ ਦਾ ਇਕੱਠ, ਦਾ ਔਰਤਾਂ ਦਾ ਵੱਡਾ ਇਕੱਠ, ਯਾਨੀ 2 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ। ਦੇਖੋ ਅੱਜ ਦੀ ਘੜੀ ਤਾਂ ਅਸੀਂ ਤੁਹਾਨੂੰ ਦੱਸਿਆ ਜੀ ਝੰਡਾ ਸੂ ਨੇ ਵੀ ਆਪਣੀ, ਪਹਿਲਾਂ ਤਾਂ ਅਸੀਂ ਇਕੱਲੀ ਜਥੇਬੰਦੀ ਨੇ, ਸਾਨੂੰ ਹੁਣ ਸਮਰਥਨ ਮਿਲ ਗਿਆ, ਕਿੰਨਾ ਕੁ ਸਮਰਥਨ ਹੈ, ਕਿਹੋ ਜਿਹਾ ਉਹ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਆ ਗਿਆ, ਹੋਰ ਜਥੇਬੰਦੀਆਂ ਨੂੰ ਵੀ ਅਸੀਂ ਕਾਲ ਹੈ ਵੀ ਜਿਹੜੀਆਂ ਜਥੇਬੰਦੀਆਂ ਹੋਰ ਨੇ ਜਿਹੜੀਆਂ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਤੋਂ ਤੰਗ ਨੇ, ਜਿਨ੍ਹਾਂ ਜਿਵੇਂ ਬੇਰੁਜ਼ਗਾਰ ਨੇ, ਠੇਕਾ ਮੁਲਾਜ਼ਮ ਨੇ, ਵਿਦਿਆਰਥੀ ਨੇ, ਸੰਤੀ ਕਾਮੇ ਨੇ, ਅਧਿਆਪਕ ਨੇ ਜਾਂ ਬਿਜਲੀ ਕਾਮੇ ਨੇ, ਹੋਰ ਬਹੁਤ ਸਾਰੀਆਂ ਤਬਕਿਆਂ ਦੀਆਂ ਜਥੇਬੰਦੀਆਂ, ਵੱਖ ਵੱਖ ਜਿਵੇਂ ਬੇਰਕਾਲੇ ਨੇ, ਸਾਬਕਾ ਫੌਜੀ ਨੇ, ਉਹ ਸਾਰੀਆਂ ਜਥੇਬੰਦੀਆਂ ਜੇ ਇਹਦੇ ਵਿੱਚ ਮਤਲਬ ਸ਼ਾਮਿਲ ਹੋਣਗੀਆਂ ਉਹਦਾ ਪਤਾ ਲੱਗ ਜਾਣਾ ਸਾਨੂੰ, ਉਹ ਵੀ ਦੱਸ ਦਿਆਂਗੇ ਤੁਹਾਨੂੰ, ਨਹੀਂ ਉਸ ਦਿਨ ਉਹ ਕੋਈ ਤਾਲਮੇਲ ਮੈਂ ਐਕਸ਼ਨ ਕਰ ਸਕਦੀਆਂ ਨੇ, ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਰ ਸਕਦੇ ਨੇ, ਤਹਿਸੀਲ 'ਤੇ ਕਰ ਸਕਦੇ ਨੇ ਜਾਂ ਆਪਦੇ ਹੈੱਡ ਆਫਿਸ ਕਰ ਸਕਦੇ ਨੇ, ਇਹ ਉਹਨਾਂ ਦੀ ਮਰਜ਼ੀ ਹੈ, ਉਹ ਸਾਡੇ ਇਸ ਅੰਦੋਲਨ ਦੇ ਨਾਲ ਤਾਲਮੇਲ ਕਿਸ ਕੋਆਰਡੀਨੇਟ ਕਿਵੇਂ ਕਰ। ਦੇਖੋ ਮੈਂ ਤੁਹਾਨੂੰ ਦੱਸਿਆ ਵੀ 4 ਨੂੰ ਸੈਸ਼ਨ ਖਤਮ ਹੋਣਾ, ਸੈਸ਼ਨ ਖਤਮ ਹੋਣ ਤੋਂ ਬਾਅਦ ਸਾਡੀ ਰਾਤ ਨੂੰ ਮੀਟਿੰਗ ਹੋਣੀ ਹੈ,
ਸ਼ਾਮ ਨੂੰ ਹੋ ਜਾਏ ਉਸੇ ਦਿਨ, ਉਸ ਮੀਟਿੰਗ ਦੇ ਵਿੱਚ ਅਸੀਂ ਕੁੱਲ ਜਾਇਜ਼ਾ ਲਵਾਂਗੇ ਆਪਣੇ ਇਸ ਅੰਦੋਲਨ ਦਾ ਵੀ ਕੀ ਬਣਿਆ, ਉਹ ਜੋ ਫੈਸਲਾ ਹੋਊਗਾ ਉਹਦਾ ਅਸੀਂ ਪੰਜ ਨੂੰ ਐਲਾਨ ਕਰਾਂਗੇ। ਦੇਖੋ ਸਾਡੀ ਹੋਈ ਆ ਗੱਲ, ਅਸੀਂ ਉਹਨਾਂ ਨੂੰ ਇਹ ਨਹੀਂ ਵੀ ਸਾਡੀ ਗੱਲ ਹੀ ਹੋਈ ਆ, ਉਹਨਾਂ ਨੇ ਸਾਡੇ ਤੋਂ ਮੰਗਿਆ ਸੀ, ਖਰੜਾ ਮੰਗਿਆ ਸੀ ਖੇਤੀ ਨੀਤੀ ਦਾ, ਅਸੀਂ ਆਪਣੀ ਖੇਤੀ ਨੀਤੀ ਬਣਾ ਕੇ ਉਹਨਾਂ ਨੂੰ ਦੇ ਕੇ ਆਏ। ਜਦੋਂ ਉਦੋਂ ਧਾਲੀਵਾਲ ਹੁੰਦਾ ਸੀ ਖੇਤੀਬਾੜੀ ਮੰਤਰੀ, ਅਸੀਂ ਕੁਲਦੀਪ ਸਿੰਘ ਧਾਲੀਵਾਲ ਵਰਗਿਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਫੜਾ ਕੇ ਆਇਆ ਖੇਤੀ ਨੀਤੀ ਦਾ ਖਰੜਾ, ਇਹਨਾਂ ਨੇ ਉਸ ਤੋਂ ਬਾਅਦ ਕਮੇਟੀ ਕਮੂਟੀ ਵੀ ਕੋਈ ਬਣਾਈ ਸੀ, ਉਹਦੇ ਗਾਂਹ ਕੀ ਬਣਿਆ ਕੀ ਨਹੀਂ ਬਣਿਆ ਉਹਦਾ ਕੋਈ ਅਜੇ ਨਹੀਂ ਤਾਂ ਉਹ ਪਤਾ ਲੱਗ ਸਕਿਆ ਹੈ ਜੀ। ਇਹ ਤਾਂ ਮੇਰੇ ਖਿਆਲ 'ਚ 2022 ਜਦੋਂ ਸਰਕਾਰ ਬਣੀ ਆ ਉਦੋਂ ਫੌਰੀ ਬਾਅਦ ਹੀ ਸਾਡੀ ਉਹਨਾਂ ਨਾਲ ਮੀਟਿੰਗ ਹੋ ਗਈ ਸੀ, ਅਸੀਂ ਉਦੋਂ ਦੇਤੀ ਸੀ ਉਹਨਾਂ ਨੂੰ ਖਰੜਾ। ਮੰਗਾਂ ਉਹਨਾਂ ਦੇ ਵਿੱਚ ਇਹੀ ਪਾਈਆਂ ਹੋਈਆਂ ਨੇ, ਜਿਹੜੀ ਖੇਤੀ ਨੀਤੀ ਨਾਲ ਸੰਬੰਧਿਤ ਨੇ, ਜਿਹੜੀਆਂ ਵੀ ਪਾਣੀ ਕਰਜ਼ੇ ਦਾ ਕੀ ਬਣੂਗਾ ਅਤੇ MSP ਦਾ ਤੁਸੀਂ ਮੰਡੀਆਂ ਦਾ ਕੀ ਬਣਾਓਗੇ, ਅਤੇ ਜਿਹੜੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਉਹਦਾ ਕੀ ਹੈ, ਪਾਣੀਆਂ 'ਤੇ ਤੁਹਾਡੀ ਕੀ ਨੀਤੀ ਹੈ, ਖੁਦਕੁਸ਼ੀਆਂ 'ਤੇ ਤੁਹਾਡੀ ਕੀ ਨੀਤੀ ਹੈ, ਆਹ ਜ਼ਮੀਨਾਂ ਦੀ ਤੋੜ ਹੈ ਜਿਹੜੀ ਕਿਸਾਨਾਂ ਕੋਲ ਜ਼ਮੀਨ ਨਹੀਂ ਖੇਤੀ ਕਰਨ ਜੋਗੀ, ਉਹਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ, ਤੁਹਾਡੇ ਕੋਲ ਕਿੰਨੀ ਜ਼ਮੀਨ ਪਈ ਹੈ, ਉਹਦਾ ਕੀ ਕਰ ਰਹੇ ਹੋ ਤੁਸੀਂ, ਇਹ ਸਾਰੀਆਂ ਗੱਲਾਂ ਵਿੱਚ